कटाई देखो जी कटाई कितनी है 52.10 देखो ते 54.05 कटाई दा भरा ओदी बहुत ही जबरदस्त कटाई है देखो फुल कटाई है देखो ते इना कोई दशमेश ट्रैक्टर जाले दे आए हुए हैं बठिंडे ना बाईयां कोले आए हुए 52.10 फोर व्हील ड्राइव है 54.05 फोर व्हील ड्राइव च ए ट्रैक्टर अगे खड़ा 50-50 डी ए भी फोर व्हील ड्राइव च हुण बाईयां तो इन्हां नूं सारी जानकारी लैणे आ वी की इन्हां च विशेषता वा जुड़े रहो साडे नाल एंड तक ਬਾਈਆਂ ਕੋਲੇ ਖੜਾ ਗਾ 52.10 ਫੋਰ ਵੀਲ ਡਰਾਈਵ ਚ ਖੜਾ ਗਾ 50-50 ਡੀ ਖੜਾ ਫੋਰ ਵੀਲ ਡਰਾਈਵ ਚ ਅੱਗੇ 54.05 ਖੜਾ ਫੋਰ ਵੀਲ ਡਰਾਈਵ ਚ ਬਾਈਆਂ ਤੋਂ ਜਾਣਕਾਰੀ ਲੈਣੇ ਵੀ ਕਿੰਨੇ ਹੌਸ ਪਾਵਰ ਆ ਇਹ ਕਿੰਨਾ ਰੇਟ ਆ ਇਹਦਾ ਤੇ ਲਿਫਟ ਕੁਐਸਟੀ ਕੀ ਹੈ ਕਿਵੇਂ ਹੋਰ ਕਿਸੇ ਵੀ ਟਰੈਕਟਰ ਚ ਬਾਈ ਦੱਸ ਰਹੇ ਸੀਗੇ ਵੀ ਕਲੱਚ ਸਿਸਟਮ ਆਉਂਦਾ ਭਰਾਵੋ ਇਹਦੇ ਵਿੱਚ ਕਲੱਚ ਸਿਸਟਮ ਜਿਹੜਾ ਫੋਰ ਵੀਲ ਦਾ ਇਹ ਸਾਗ ਇਹਦੇ ਵਿੱਚ ਨਵਾਂ ਕੰਪਨੀ ਨੇ ਐਡ ਕਰਿਆ ਕਿਸੇ ਵੀ ਕੰਪਨੀ ਚ ਬਾਈ ਕਹਿੰਦੇ ਨਹੀਂ ਆਉਂਦਾ ਗਾ ਸਾਡੇ ਇਕੱਲੇ ਜੌਂਡੀ ਆਰ ਚੀ ਆਉਂਦਾ ਇਹ ਸਿਸਟਮ ਕਲੱਚ ਸਿਸਟਮ ਬਾਈਆਂ ਤੋਂ ਜਾਣਕਾਰੀ ਲੈਣੇ ਇਹਦੇ ਵਿੱਚ ਕੀ ਦਾ ਫਾਇਦਾ ਕਿਸਾਨ ਭਰਾਵਾਂ ਨੂੰ ਕਲੱਚ ਸਿਸਟਮ ਕਿਹੜਾ ਆ ਰਿਹਾ ਹੈਗਾ ਕਿਵੇਂ ਬਾਈ ਦੱਸ ਰਹੇ ਸੀ ਕਿਹੜਾ ਬਾਹਰਲੀਆਂ ਕੰਟਰੀਆਂ ਵਿੱਚ ਸਾਰਾ ਇਹਦੇ ਵਿੱਚ ਐਕਸਲ ਵਗੈਰਾ ਯੂਜ ਕਰੇ ਜਾਂਦੇ ਉਹ ਇੰਡੀਆ 'ਚ ਵੀ ਉਹੀ ਯੂਜ ਕਰੇ ਜਾਂਦੇ ਆ ਬਈ ਇਹੀ ਗੱਲ ਉਹੀ ਸੇਮ ਚੀਜ਼ ਕੁਆਲਿਟੀ ਯੂਜ ਕਰੀ ਜਾਂਦੀ ਇਹਦੇ ਵਿੱਚ ਬਿਲਕੁਲ ਜੀ ਬਿਲਕੁਲ ਬਿਲਕੁਲ ਠੀਕ ਹੈ ਅੱਗੇ ਦੱਸ ਰਹੇ ਸੀ ਕਿ ਤੁਸੀਂ ਉਹ ਕੀ ਸਿਸਟਮ ਸੀਗਾ ਬਈ ਇਹਦੇ ਇੱਕ ਤਾਂ ਜਿਹੜਾ ਕਲੱਚ ਸਿਸਟਮ ਦੀ ਗੱਲ ਕਰ ਰਹੇ ਨੇ ਕਲਵਿੰਦਰ ਜੀ ਉਹ ਇਹ ਹੈ ਵੀ ਇਹ ਸਾਡਾ ਕਲੱਚ ਸਲਿੱਪ ਡਿਫਰੈਂਸ਼ੀਅਲ ਹੁੰਦਾ ਇਹਦੇ ਵਿੱਚ ਠੀਕ ਹੈ ਜੀ ਉਹ ਕੰਟਰੋਲ ਕਰਦਾ ਜਦੋਂ ਕੋਈ ਇੱਕ ਟਾਇਰ ਦੂਜੇ ਟਾਇਰ ਨਾਲੋਂ 20% ਸਲਿੱਪੇਜ ਵਧਾ ਜਾਂਦਾ ਉਦੋਂ ਇਹ ਕਲੱਚ ਕੰਮ ਕਰਨਾ ਸ਼ੁਰੂ ਕਰ ਦਿੰਦਾ ਠੀਕ ਹੈ ਹਾਂ ਉਦੋਂ ਇਹ ਕਲੱਚ ਕੰਮ ਕਰਨਾ ਸ਼ੁਰੂ ਕਰ ਦਿੰਦਾ ਤੇ ਸਾਰਾ ਜਿਹੜਾ ਐਕਸਲ ਹੈ ਉਹ ਕਲੱਚ ਆਪਰੇਟ ਕਰਕੇ ਇੱਕੋ ਸਪੀਡ ਨਾਲ ਚੱਲਣ ਲੱਗ ਜਾਂਦਾ ਉਹੀ ਸਪੀਡ ਦੇ ਵਿੱਚ ਖੱਬਾ ਟਾਇਰ ਚੱਲੂਗਾ ਉਹੀ ਸਪੀਡ ਦੇ ਵਿੱਚ ਸੱਜਾ ਟਾਇਰ ਚੱਲੂਗਾ ਉਹਦੇ ਤੇ ਜੋ ਵੀ ਸਲਿੱਪੇਜ ਹੁੰਦੀ ਆ ਉਹ ਦੂਜਾ ਟਾਇਰ ਉਹਨੂੰ ਖਿੱਚ ਕੇ ਲੈ ਜਾਂਦਾ ਉਹ ਕਈ ਵਾਰ ਜਿਆਦਾ ਇੱਕ ਟਾਇਰ ਸਲਿੱਪ ਜੇ ਕਿਵੇਂ ਦੇਖਿਆ ਡਰੈਕਟਰ ਫੋਰ ਵੀਲ ਡਰਾਈਵ ਜਿੱਤੇ ਜਿਆਦਾ ਸਲਿੱਪ ਮਾਰੀ ਜਾਂਦਾ ਰਹਿੰਦਾ ਹੈਗਾ ਹਾਂਜੀ ਹਾਂਜੀ ਵੀ ਉਹ ਇੱਕੋ ਜਿਹਾ ਮੇਨਟੇਨ ਕਰ ਲੂਗੇ ਵੀ ਇੱਕੋ ਜਿਹਾ ਚੱਲਣਗੇ ਟਾਇਰ ਵਗੈਰਾ ਹੈ ਜਿਵੇਂ ਆਪਣਾ ਪਿਛਲੇ ਹਿੱਸੇ ਤੇ ਡਿਫਰੈਂਸ਼ੀਅਲ ਲੌਕ ਦਾ ਕੰਮ ਹੁੰਦਾ ਉਹੀ ਲੌਕ ਇੱਥੇ ਲੱਗ ਜਾਂਦਾ ਅੱਛਾ ਵੀ ਉਹ ਲੌਕ ਵਾਲਾ ਕਿਹੜਾ ਪਿਛਲੇ ਹਿੱਸੇ ਵਾਲਾ ਲੌਕ ਵਾਲਾ ਕੰਮ ਉਹੀ ਲੌਕ ਵਾਲਾ ਸਿਸਟਮ ਹੀ ਹੋ ਗਿਆ ਹਾਂਜੀ ਹਾਂਜੀ ਅੱਛਾ ਜਿਵੇਂ ਸੇਮ ਇੱਕ ਅੱਗੇ ਤੁਸੀਂ ਦੱਸ ਰਹੇ ਸੀ ਵੀ ਪੀਡੀਓ ਬਾਰੇ ਬਈ ਉਹ ਕੀ ਹੈ ਇਹਦੇ ਵਿੱਚ ਪੀਡੀਓ ਇੱਕ ਤੁਸੀਂ ਦੇਖੋ ਵੀ ਇਹਦੇ ਉੱਤੇ ਆਹ ਜਿਹੜੀ ਜਗ੍ਹਾ ਹੈ ਠੀਕ ਹੈ ਜੀ ਇਹਦੇ ਤੇ ਫਰੰਟ ਜਿਹੜੀ ਅਟੈਚਮੈਂਟ ਹੈ ਪੀਡੀਓ ਦੀ ਉਹ ਲੱਗ ਜਾਂਦੀ ਹੈ ਤੇ ਫਰੰਟ ਪੀਡੀਓ ਦਾ ਇਹ ਅੱਜ ਕੱਲ ਨਵੀਂ ਜਿਹੜੀ ਆ ਰਹੇ ਨੇ ਆਪਰੇਸ਼ਨ ਉਹਦੇ ਵਾਸਤੇ ਹੈ ਆ ਟਰੈਕਟਰ ਜਿਹੜੇ ਜੌਂਡੀਅਰ ਦੇ ਨੇ ਉਹਨਾਂ ਦੇ ਆਲਰੇਡੀ ਇਹ ਚੀਜ਼ ਵਿੱਚ ਹੀ ਆਉਂਦੀ ਹੈ ਜਦੋਂ ਮਰਜ਼ੀ ਤੁਹਾਨੂੰ ਟਰੈਕਟਰ ਚੇਂਜ ਕਰਨ ਦੀ ਲੋੜ ਨਹੀਂ ਜਿਹੜੇ ਤੁਹਾਡੇ ਕੋਲੇ 54-5 ਟਰੈਕਟਰ ਨੇ ਉਹਨਾਂ ਦੇ ਆਲਰੇਡੀ ਇਹ ਅਟੈਚਮੈਂਟ ਲੱਗ ਸਕਦੇ ਅੱਛਾ ਕਿਵੇਂ ਮੂਰੇ ਰੋਟਾਵੇਟਰ ਪੰਪ ਪਾਉਣਾ ਹੋਵੇ ਕਿਵੇਂ ਤੁਹਾਡੀ ਕੰਪਨੀ ਤੁਸੀਂ ਪਹਿਲਾਂ ਵੀ ਇੱਕ ਵਾਰ ਦੇਖਿਆ ਸੀ ਆਪਾਂ ਰੋਟਾਵੇਟਰ ਲੱਗਿਆ ਸੀ ਮੂਰੇ ਰੋਟਾਵੇਟਰ ਦਾ ਕੰਮ ਹੋਈ ਜਾਊਗਾ ਪਿੱਛੇ ਕੋਈ ਬਿਜਾਈ ਕਰਨੀ ਬਿਜਾਈ ਦਾ ਕੰਮ ਹੋਈ ਜਾਊਗਾ ਬਿਲਕੁਲ ਜੀ ਬਿਲਕੁਲ ਮੂਰੇ ਜ਼ਮੀਨ ਤਿਆਰ ਹੁੰਦੀ ਜਾਊਗੀ ਪਿੱਛੇ ਬਿਜਾਈ ਹੁੰਦੀ ਜਾਊਗੀ ਵੀ ਮੂਰੇ ਉਹ ਜੇ ਇੰਪਲੀਮੈਂਟ ਸੀ ਪਾਉਣਾ ਰੋਟਾਵੇਟਰ ਲਾ ਲਓ ਜਾਂ ਕੋਈ ਉਹ ਜਿਹਾ ਸਾਂਦੀ ਪਾਉਣਾ ਕੰਪਨੀ ਨੇ ਸਾਰਾ ਬਾਕੀ ਤਿਆਰੀ ਕਰਕੇ ਦਿੱਤੀ ਹੋਈ ਹੈ ਕਹਿੰਦਾ ਮਤਲਬ ਅੱਛਾ ਪੀਡੀਓ ਪਾਵਰ ਦਾ ਵੀ ਉਨੀ ਮੰਗ ਕਰੂਗਾ ਪੀਡੀਓ ਪਾਵਰ ਵੀ ਉਨੀ ਅੱਗੇ ਕਰੂਗਾ ਸੀ ਜਾਈ ਪੀਡੀਓ ਪਾਵਰ ਦੀ ਜ਼ਰੂਰ ਤੁਹਾਨੂੰ ਵੇਰੀਏਸ਼ਨ ਆਊਗੀ ਅੱਗੇ ਤੇ ਪਿੱਛੇ ਦੀ ਪਰ ਜਿਹੜੇ ਜੌਂਡੀਅਰ ਦੀ ਆਪਾਂ ਨੂੰ ਪਤਾ ਹੀ ਆ ਵੀ ਪੀਡੀਓ ਪਾਵਰ ਜ਼ਿਆਦੇ ਹੁੰਦੀ ਆ ਇਸ ਲਈ ਇਹ ਟਰੈਕਟਰਾਂ ਦੇ ਵਿੱਚ ਪਹਿਲਾਂ ਹੀ ਪੀਡੀਓ ਦੀ ਅੱਗੇ ਪ੍ਰੋਵੀਜ਼ਨ ਦਿੱਤੀ ਹੋਈ ਆ ਵੀ ਤਾਂ ਕਿ ਟਰੈਕਟਰ ਉਹਨਾਂ ਕੰਮ ਕਰ ਸਕਦੇ ਆ ਅੱਛਾ ਉਹਨਾਂ ਕਰ ਸਕਦਾ ਵੀ ਉਸ ਲੋੜ ਕੰਪਨੀ ਨੇ ਸਿਸਟਮ ਸੈੱਟ ਕਰਕੇ ਦਿੱਤਾ ਹੋਇਆਗਾ ਇਹ ਹੌਸ ਪਾਵਰ ਚ ਕਿੰਨੇ ਚਾਉਂਦਾ ਬਾਈ ਇਹ 63 ਹੌਸ ਪਾਵਰ ਆਉਂਦਾ ਇੱਕ ਤੁਸੀਂ ਦੇਖੋਗੇ ਇਧਰ ਆਲਰੇਡੀ ਡਾਇਨਾ ਦੀ ਸਟੈਂਪ ਲੱਗੀ ਹੋਈ ਹੈ ਆ ਤੁਸੀਂ ਦੇਖੋਗੇ ਓਰੀਜਨਲ ਡਾਨਾ ਇਹ ਜਿਹੜਾ ਸਟੈਂਪ ਲੱਗੀ ਹੈ ਇਹ ਸਿਰਫ ਤੇ ਸਿਰਫ ਜੌਂਡੀਅਰ ਹੀ ਯੂਜ਼ ਕਰਦਾ ਹੋਰ ਕੋਈ ਕੰਪਨੀ ਯੂਜ਼ ਨਹੀਂ ਕਰਦੀ ਤਾਂ ਹੀ ਇਹਦਾ ਜੌਂਡੀਅਰ ਦਾ ਜਿਹੜਾ ਫੋਰ ਵੀਲ ਟਰੈਕਟਰ ਹੈ ਉਹਦੀ ਕਾਸਟ ਥੋੜੀ ਜਿਹੀ ਜ਼ਿਆਦਾ ਹੁੰਦੀ ਹੈ ਅੱਛਾ ਡਾਨਾ ਕੰਪਨੀ ਦਾ ਇਹ ਬਈ ਇਹ ਕਿਹੜਾ ਅਗਲਾ ਇਸ ਹੈਗਾ ਕਹਿੰਦਾ ਮਤਲਬ ਜੀ ਠੀਕ ਹੈ ਕਿਵੇਂ ਹੋਰ ਤਾਂ ਇਹਨਾਂ ਦਾ ਬਈ ਕਿਹੜਾ 2 ਵੀਲ ਚ ਆਉਂਦਾ ਉਹ ਵੀ 63 ਐਚਪੀ ਜੀ ਆਉਂਦਾ ਨਾ ਉਹ ਵੀ 63 ਐਚਪੀ ਚ ਹੈ ਜੀ ਇਹ ਵੀ ਹਾਂ 63 ਐਚਪੀ ਦੇ ਵਿੱਚ ਹੈ ਇਹ ਫੋਰ ਵੀਲ ਟਰੈਕਟਰ ਹੈ ਉਹ 2 ਵੀਲ ਟਰੈਕਟਰ ਹੈ ਅੱਛਾ ਕਿਵੇਂ ਪੀਡੀਓ ਪਾਵਰ ਲਈ ਤਾਂ ਜਾਣੀ ਜਾਂਦਾ ਬਹੁਤ ਤਗੜਾ ਇਹ ਪੀਡੀਓ ਪਾਵਰ ਆ ਬਈ ਇਹ ਇਹਦੀ ਲਿਫਟ ਕੈਪੈਸਿਟੀ ਕੀ ਹੈ ਬਈ ਇਹਦੀ ਇਹਦੀ ਲਿਫਟ ਕੈਪੈਸਿਟੀ 2000 ਕਿਲੋ ਹੈ ਇਸਲਈ ਇਹ ਟਰੈਕਟਰਾਂ ਦੇ ਵਿੱਚ ਪਹਿਲਾਂ ਹੀ ਪੀਡੀਓ ਦੀ ਅੱਗੇ ਪ੍ਰੋਵੀਜ਼ਨ ਦਿੱਤੀ ਹੋਈ ਹੈ ਵੀ ਤਾਂ ਕਿ ਟਰੈਕਟਰ ਉਹਨਾਂ ਕੰਮ ਕਰ ਸਕਦੇ ਆਪਣਾ ਅੱਛਾ ਉਹਨਾਂ ਕਰ ਸਕਦਾ ਵੀ ਉਸ ਲੋੜ ਕੰਪਨੀ ਨੇ ਸਿਸਟਮ ਸੈੱਟ ਕਰਕੇ ਦਿੱਤਾ ਹੋਇਆਗਾ ਇਹ ਹੌਸ ਪਾਵਰ ਚ ਕਿੰਨੇ ਚਾਉਂਦਾ ਬਈ ਇਹ 63 ਹੌਸ ਪਾਵਰ ਆਉਂਦਾ ਇੱਕ ਤੁਸੀਂ ਦੇਖੋਗੇ ਇਧਰ ਆਲਰੇਡੀ ਡਾਇਨਾ ਦੀ ਸਟੈਂਪ ਲੱਗੀ ਹੋਈ ਹੈ ਆ ਤੁਸੀਂ ਦੇਖੋਗੇ ਓਰੀਜਨਲ ਡਾਨਾ ਇਹ ਜਿਹੜਾ ਸਟੈਂਪ ਲੱਗੀ ਹੈ ਇਹ ਸਿਰਫ ਤੇ ਸਿਰਫ ਜੌਂਡੀਅਰ ਹੀ ਯੂਜ਼ ਕਰਦਾ ਹੋਰ ਕੋਈ ਕੰਪਨੀ ਯੂਜ਼ ਨਹੀਂ ਕਰਦੀ ਤਾਂ ਹੀ ਇਹਦਾ ਜੌਂਡੀਅਰ ਦਾ ਜਿਹੜਾ ਫੋਰ ਵੀਲ ਟਰੈਕਟਰ ਹੈ ਉਹਦੀ ਕਾਸਟ ਥੋੜੀ ਜਿਹੀ ਜ਼ਿਆਦਾ ਹੁੰਦੀ ਹੈ ਅੱਛਾ ਡਾਨਾ ਕੰਪਨੀ ਦਾ ਇਹ ਬਈ ਇਹ ਕਿਹੜਾ ਅਗਲਾ ਇਸ ਹੈਗਾ ਕਹਿੰਦਾ ਮਤਲਬ ਜੀ ਠੀਕ ਹੈ ਕਿਵੇਂ ਹੋਰ ਤਾਂ ਇਹਨਾਂ ਦਾ ਬਈ ਕਿਹੜਾ 2 ਵੀਲ ਚ ਆਉਂਦਾ ਉਹ ਵੀ 63 ਐਚਪੀ ਜੀ ਆਉਂਦਾ ਨਾ ਉਹ ਵੀ 63 ਐਚਪੀ ਚ ਹੈ ਜੀ ਇਹ ਵੀ ਹਾਂ 63 ਐਚਪੀ ਦੇ ਵਿੱਚ ਹੈ ਇਹ ਫੋਰ ਵੀਲ ਟਰੈਕਟਰ ਹੈ ਉਹ 2 ਵੀਲ ਟਰੈਕਟਰ ਹੈ
अच्छा किवें पीडियो पावर लई दा जाने ही आंदा बहुत तगड़ा है पीडियो पावर आ बई इह इहदी लिफ्ट कैपेसिटी की है बई इहदी इहदी लिफ्ट कैपेसिटी 2000 किलो है मिल जाएंगे एक दो पीस लेने फिलहाल लास्ट पीस रह गया लास्ट पीस ही चरंजा टू व्हील च रह गया अच्छा टू व्हील च भी किसी भरा ने लेना होना बाइया तो टू व्हील च भी ले सकते 54.05 ते फोर व्हील ड्राइव दिखाई रहे हैं किसी ने कई बार बाइया का मन होंगे भी असं सी आर डी ट्रैक्टर नहीं लेना गा 54.05 बाइया को खड़ा फोर व्हील ड्राइव च भी खड़ा गा ते टू व्हील च भी खड़ा गा किवें अगे बाइया तो हम पुछते 50-50 डी बई ये किन्ने हॉर्स पावर ट्रैक्टर है यह 50 हॉर्स पावर ट्रैक्टर है ठीक है पर सिर्फ हाई लो है रिवर्स दिया चार स्पीडा ने ठीक है वैसे टू स्पीड दे विच है अच्छा ए टू स्पीड दे विच ही है हाँ जी हाँ जी जेडी मेनली आपां कोई आलू दी बिजाई करदे आ ओदी बिजाई करदे आ ओदे विच ए ट्रैक्टर स्पेशली यूज हुंदा है किवें ए साउस भाई ये बहुत जबरदस्त है ओदे नाल भी मोटा 54.05 नाल भी इहदे सहारा हर काम कदे कोई सानू कंप्लेंट नहीं आई ਕਿਸੇ ਕੰਮ ਦੇ ਵਿੱਚ ਸਾਨੂੰ ਪਿੱਛੇ ਮੁੜ ਕੇ ਨਹੀਂ ਦੇਖਣਾ ਪਿਆ ਬਹੁਤ ਹੀ ਜ਼ਿਆਦਾ ਗੁੱਡ ਕੁਆਲਿਟੀ ਜੇ ਬਾਈ ਇਹ ਹੁਣ ਕਿਵੇਂ ਪਹਿਲਾਂ ਕਿਸੇ ਟਾਈਮ ਹੋਰ ਟਰੈਕਟਰਾਂ ਦਾ ਰਿਵਾਜ ਹੁੰਦਾ ਸੀਗਾ ਹੁਣ ਕਿਉਂ ਕਿਸਾਨ ਭਰਾ ਕਿਉਂ ਇਹ ਤੁਹਾਡੇ ਬ੍ਰਾਂਡ ਨੂੰ ਪਸੰਦ ਕਰਨ ਲੱਗੇ ਇਹ ਜੀ ਕੀ ਵਿਸ਼ੇਸ਼ਤਾ ਵਾ ਇਹਦੇ ਵਿੱਚ ਕਿਉਂਕਿ ਦਿਨੋਂ ਦਿਨ ਪ੍ਰਤੀ ਇਹਦਾ ਰਿਵਾਜ ਆਉਂਦਾ ਜਾਂਦਾ ਹੈਗਾ ਇਹ ਦੇਖੋ ਅਗਲਾ ਹਰੇਕ ਜੌਂਡੀਅਰ ਹੀ ਕਹੀ ਜਾਂਦਾ ਜੌਂਡੀਅਰ ਖਰੀਦਣਾ ਜੌਂਡੀਅਰ ਖਰੀਦਣਾ ਕੀ ਕਾਰਨ ਆ ਬਾਈ ਤੁਹਾਡੇ ਕੰਪਨੀ ਦੇ ਕੀ ਵਿਸ਼ੇਸ਼ਤਾਵਾਂ ਹੈ ਜੀ ਦੇਖੋ ਜੀ ਕੁਆਲਿਟੀ ਤਾਂ ਕੁਆਲਿਟੀ ਰਹਿੰਦੀ ਆ ਕੁਆਲਿਟੀ ਦੀ ਪਛਾਣ ਆਪਾਂ ਨੂੰ ਗਾਂ ਜਾ ਕੇ ਪਤਾ ਲੱਗ ਸਕਦੀ ਹੈ ਉਹਨੂੰ ਤਾਂ ਕੁਆਲਿਟੀ ਤਾਂ ਪਹੁੰਚਦੇ ਪਹੁੰਚਦੇ ਜਾਂਦੇ ਪੈਸੇ ਖਰਚਦੇ ਹਰੇਕ ਦਾ ਮਨ ਤਾਂ ਹਰੇਕ ਦਾ ਹੀ ਕਰਦਾ ਵੀ ਅਸੀਂ ਆਈਫੋਨ ਲਈਏ ਕੋਈ 1 ਸਾਲ ਬਾਅਦ ਲੈ ਲੈਂਦਾ ਕੋਈ 4 ਸਾਲ ਬਾਅਦ ਲੈ ਲੈਂਦਾ ਕੋਈ ਮਿਹਨਤ ਕਰਕੇ 10 ਸਾਲ ਬਾਅਦ ਤਮੰਨਾ ਹਰੇਕ ਦੀ ਇਹ ਹੁੰਦੀ ਹੈ ਵੀ ਅਸੀਂ ਵਧੀਆ ਕੁਆਲਿਟੀ ਦੀ ਚੀਜ਼ ਲਈਏ ਇਸ ਕਰਕੇ ਹਰੇਕ ਨੂੰ ਜਿਵੇਂ ਜਿਵੇਂ ਪਤਾ ਚੱਲੀ ਜਾਂਦਾ ਹਰੇਕ ਦੇ ਪਿੰਡ 'ਚ ਟਰੈਕਟਰ ਜਾਂਦਾ ਉਹ ਦੱਸਦਾ ਵੀ ਕੋਈ ਇਹਦੀ ਮੈਂਟੇਨੈਂਸ ਦਾ ਖਰਚ ਨਹੀਂ ਹੈਗਾ ਕੋਈ ਇਹਦੀ ਆਪਾਂ ਨੂੰ ਦਿੱਕਤ ਨਹੀਂ ਆਉਂਦੀ ਇਹਦਾ ਆਪਾਂ ਨੂੰ ਸਪੇਅਰ ਪਾਰਟ ਬਹੁਤ ਸਸਤਾ ਮਿਲਦਾ ਹੈ जो पहला चीज खत्म होंगी है ओदे अनुसार मिलूगी अच्छा ਜਾਂ ਤਾਂ 5 ਸਾਲ ਜਾਂ 5000 ਘੰਟੇ ਦਾ ਬਿਲਕੁਲ ਜੀ ਬਿਲਕੁਲ ਅੱਛਾ ਨਹੀਂ ਫੁੱਲ ਗਾਰੰਟੀ ਦਿੰਦੇ ਹੋ ਬਈ ਕਿ ਪਾਰਟਸ ਦੀ ਗਾਰੰਟੀ ਹੁੰਦੀ ਹੈ ਸਾਰੇ ਇੰਜਨ ਦੀ ਸਾਰੇ ਗੇਅਰ ਦੀ ਸਾਰੀ ਲਿਫਟ ਦੀ ਸਾਰੇ ਸਟੀਅਰਿੰਗ ਦੀ ਅੱਛਾ ਮੇਨ ਚੀਜ਼ਾਂ ਤੇ ਇਹੀ ਆ ਗਏ ਇੰਜਨ ਆ ਗਿਆ ਗੇਅਰ ਆ ਗਿਆ ਲਿਫਟ ਆ ਗਿਆ ਮੇਨ ਚੀਜ਼ਾਂ ਤੇ ਇਹੀ ਆ ਗਏ ਨਾ ਅੱਛਾ 5000 ਘੰਟਾ ਤੇ 5 ਸਾਲ ਦੀ ਫੁੱਲ ਗਾਰੰਟੀ ਹੈ ਕਹਿੰਦਾ ਮਾਦਾ ਹਾਂ ਜੀ ਹਾਂ ਜੀ ਅੱਛਾ ਹੁਣ ਮੜੀ ਰੇਟ ਬਾਰੇ ਬਈ ਦਿਓ ਜਾਣਕਾਰੀ ਕਿਵੇਂ 54.05 ਦੀ ਬਈ ਇਹਦਾ ਕੀ ਰੇਟ ਆ 54.05 ਫੋਰ ਵੀਲ ਡਰਾਈਵ ਦਾ ਇਹਦਾ 12,65,000 ਰੇਟ ਹੈ ਜੀ ਠੀਕ ਹੈ ਜੀ ਇਹਦਾ 12,65,000 ਰੁਪਏ ਰੇਟ ਆ ਭਰਾਵੋ ਕਿਸੇ ਨੇ ਮੌਕੇ ਤੇ ਕੋਈ ਡਿਸਕਾਊਂਟ ਲੈਣਾ ਹੋਵੇ ਬਾਈ ਨਸ ਪਰ ਕਰ ਲਓ ਜਾਂ ਫਿਰ ਕਿਸੇ ਨੇ ਵਿੱਚ ਟਰੈਕਟਰ ਕਟਾਉਣਾ ਹੋਵੇ ਤਾਂ ਉਹ ਵੀ ਤੁਸੀਂ ਵਿੱਚ ਟਰੈਕਟਰ ਵੀ ਕਟਵਾ ਸਕਦੇ ਹੋ 12,65,000 ਰੁਪਏ ਬਾਈ ਜੀ ਪੀਸੇ ਲਾਸਟ ਹੀ ਆ ਸਾਡੇ ਕੋਲੇ ਇਦੋਂ ਬਾਅਦ ਜੋ ਵੀ ਮਿਲੂਗਾ CRDI ਦੇ ਵਿੱਚ ਮਿਲੂਗਾ ਅੱਛਾ ਉਹ ਇਹ ਤੁਹਾਨੂੰ ਦੱਸਣਾ ਚਾਹੁੰਦੇ ਭਰਾਵੋ ਇਹ ਲਾਸਟ ਪੀਸ ਹੀ ਹੈ ਬਾਈਆਂ ਕੋਲੇ 54.05 ਵੀ ਉਦੋਂ ਬਾਅਦ CRDI ਇੰਜਨ ਵਾਲੀ ਆਉਣਗੇ ਕਿਸੇ ਭਰਾ ਨੇ ਲੈਣਾ ਹੋਵੇ ਇਸ ਤਾਂ ਵੀ ਪਟੌਟਸ ਆਰ
सीआरडी ट्रैक्टर लेना गा तां 5405 बाईयां तों खरीद सकदे हो तुसीं ਬਠਿੰਡੇ ਡੀਲਰਸ਼ਿਪ ਤੇ ਖੜਾ ਗਾ ਮਿਲ ਦੋਨੇ ਹੀ ਜਾਣਗੇ ਟੂ ਵੀਲ ਚ ਵੀ ਮਿਲ ਜੂ ਫੋਰ ਵੀਲ ਚ ਵੀ ਮਿਲ ਜੂ ਅੱਛਾ ਦੋਨੇ ਹੀ ਮਿਲ ਜਾਣਗੇ ਟੂ ਵੀਲ ਚ ਵੀ ਮਿਲ ਜੂਗਾ ਤੇ ਫੋਰ ਵੀਲ ਡਰਾਈਵ ਚ ਵੀ ਮਿਲ ਜੂਗਾ ਕਿਸੇ ਭਰਾ ਨੇ ਲੈਣਾ ਹੋਵੇ ਤਾਂ ਤੇ ਅੱਗੇ ਤੁਹਾਨੂੰ 50-50D ਇਹ ਫੋਰ ਵੀਲ ਦਾ ਬਈ ਇਹਦਾ ਕੀ ਰੇਟ ਆ ਤੇ ਟੂ ਵੀਲ ਦਾ ਕੀ ਰੇਟ ਆ ਇਹਦਾ ਦੱਸਿਓ ਇਹਦਾ ਜਿਹੜਾ ਫੋਰ ਵੀਲ ਦਾ ਰੇਟ ਹੈ 9,97,000 ਹੈ ਜੀ ਠੀਕ ਹੈ ਜਿਹੜਾ ਹੈਗਾ ਟੂ ਵੀਲ ਦਾ ਰੇਟ ਉਹ 8,65,000 ਰੁਪਏ 8,65,000 ਰੁਪਏ ਕਿਵੇਂ ਆ 52-10 ਕਿਹੜਾ ਬਈ 52-10 ਇਹਦੇ ਬਾਰੇ ਵੀ ਦੱਸੋ ਰੇਟ ਬਾਰੇ ਜਾਣਕਾਰੀ ਹਾਂ ਇਹ 52-10 ਫੋਰ ਵੀਲ ਦੇ ਵਿੱਚ ਟਾਪ ਮਾਡਲ ਦੇ ਵਿੱਚ ਮਿਲ ਜੂਗਾ ਜੀ ਆਪਾਂ ਨੂੰ 11,70,000 ਦਾ ਤੇ ਜੇ ਆਪਾਂ ਨੂੰ ਟੂ ਵੀਲ ਚਾਹੀਦਾ 9,55,000 ਟੂ ਵੀਲ ਚ ਬਈ ਇਹਦਾ 52-10 ਗੇਅਰ ਪ੍ਰੋ ਦਾ ਰੇਟ ਹੈਗਾ 9,55,000 ਰੁਪਇਆ ਤੇ 4x4 ਚ ਇਹਦੇ ਕਿੰਨਾ ਰੇਟ ਦੱਸੇ ਬਈ 11,70,000 ਰੁਪਏ ਟਾਪ ਮਾਡਲ ਦਾ ਟਾਪ ਫੁੱਲ ਟਾਪ ਮਾਡਲ ਦਾ ਦੂਜੇ ਨੰਬਰ ਤੇ ਕਿਸੇ ਭਰਾ ਨੇ ਕੋਈ ਪੁਰਾਣਾ ਟਰੈਕਟਰ ਵੀ ਕਟਾਉਣਾ ਹੋਵੇ ਉਹ ਵੀ ਕਟਵਾ ਸਕਦੇ ਉਹਨਾਂ ਤੋਂ ਕੋਈ ਡਿਸਕਾਊਂਟ ਲੈਣਾ ਤਾਂ ਮੌਕੇ ਤੇ ਬਾਈਆਂ ਤੋਂ ਆ ਕੇ ਕੋਈ ਡਿਸਕਾਊਂਟ ਵੀ ਲੈ ਸਕਦੇ ਹੋ ਮੌਕੇ ਤੇ ਸੌਦੇ 'ਚ ਡਿਸਕਾਊਂਟ ਹੋ ਜਾਊਗਾ ਭਰਾਵੋ ਕੋਈ ਫਿਕਸ ਪ੍ਰਾਈਸ ਨਹੀਂ ਹੈਗਾ ਇਹਦੇ ਵਿੱਚ ਕੋਈ ਡਿਸਕਾਊਂਟ ਲੈਣਾ ਤਾਂ ਬਾਈਆਂ ਤੁਸੀਂ ਲੈ ਸਕਦੇ ਹੋ ਇੱਕ ਹੋਰ ਤੁਹਾਨੂੰ ਮੈਂ ਬੇਨਤੀ ਕਰਦਾ ਜਿਹੜਾ ਵੀ ਅੱਜ ਆਪਾਂ ਕਹਿੰਦੇ ਆ ਵੀ 5310 ਜੌਨ ਡੀਅਰ ਦਾ ਰਾਜਾ ਟਰੈਕਟਰ ਹੈ ਉਹ ਸੀਆਰਡੀਆਈ ਦੇ ਵਿੱਚ ਆਉਣਾ ਸ਼ੁਰੂ ਹੋ ਗਿਆ ਕਿਸੇ ਨੇ ਵੀ ਸੀਆਰਡੀਆਈ ਦੇ ਵਿੱਚ 5310 ਲੈਣਾ ਤਾਂ ਉਹ ਸਾਨੂੰ ਸੰਪਰਕ ਕਰ ਸਕਦੇ ਅੱਛਾ ਕਿਸੇ ਨੇ ਕੋਈ ਬੁਕਿੰਗ ਕਰਾਉਣੀ ਹੈ ਤਾਂ ਬਈ 5310 ਸੀਆਰਡੀ ਚ ਬਾਈਆਂ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਟੂ ਵੀਲ ਫੋਰ ਵੀਲ ਦੋਨਾਂ ਚੀਜ਼ਾਂ ਚ ਅਵੇਲੇਬਲ ਹੈ ਟੂ ਵੀਲ ਤੇ ਫੋਰ ਵੀਲ ਦੋਨਾਂ ਚ ਮਿਲ ਜੂਗਾ 5310 ਕਿਹੜਾ ਜ਼ਿਆਦਾ ਪਸੰਦ ਕਰਦੇ ਆਪਣੇ ਕਿਸਾਨ ਭਰਾ ਹੁਣ ਤਾਂ ਬਈ ਇਹਦੀ ਮਾਰਕੀਟ ਵੀ ਬਹੁਤ ਬਣ ਚੁੱਕੀ ਹੈ ਹੁਣ ਆਪਣੇ ਹਨਾ 5310 ਦੀ ਹਨਾ 5310 ਨੇ ਆਪਦੇ ਆਪ ਨੂੰ ਪੂਰਾ ਪ੍ਰੂਵ ਕੀਤਾ ਜੀ ਹਾਂ ਹਾਂ ਕਿਵੇਂ ਆਪਣੇ ਏਰੀਆ ਚ ਬਹੁਤ 5310 ਟਰੈਕਟਰ ਥਾਂ ਥਾਂ ਦੇਖਣ ਨੂੰ ਮਿਲਦਾ 5310 ਹਾਂਜੀ ਹਾਂਜੀ